ਸਤਿ ਸ਼੍ਰੀ ਅਕਾਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਚੈਨਲ Delche Learning Point ਦੇ ਉੱਪਰ ਤੇ ਸਟੂਡੈਂਟਸ ਤੁਸੀਂ ਦੇਖਿਆ ਹੋਵੇਗਾ ਕਿ ਸਕਰੂਟੀ ਦੀ ਜਿਹੜੀ ਇੱਕ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਬੋਰਡ ਦੁਆਰਾ ਤਾਂ ਸਟੂਡੈਂਟਸ ਨੂੰ ਉਹਦੇ ਰਿਗਾਰਡਿੰਗ ਕਾਫੀ ਕੁਐਰੀ ਸੀ ਜਿਨ੍ਹਾਂ ਨੇ ਜਾਣਾ ਤੇ ਜਿਨ੍ਹਾਂ ਨੇ ਨਹੀਂ ਜਾਣਾ ਇਹ ਵੀ ਹਜੇ ਕਾਫੀ ਸਟੂਡੈਂਟਸ ਨੂੰ ਜਿਹੜਾ ਉਹ ਸ਼ਾਇਦ ਨਹੀਂ ਸਮਝ ਆਇਆ ਇਹ ਜਿਨ੍ਹਾਂ ਨੇ ਜਾਣਾ ਤੇ ਉਹਨਾਂ ਨੇ ਕੀ ਕੁਝ ਨਾਲ ਲੈ ਕੇ ਜਾਣਾ ਇਹ ਵੀ ਅਸੀਂ ਗੱਲ ਕਰਾਂਗੇ ਤੇ ਖਾਸ ਕਰਕੇ ਜਿਨ੍ਹਾਂ ਨੇ ਹਜੇ ਨਹੀਂ ਜਾਣਾ ਮਤਲਬ ਜਿਨ੍ਹਾਂ ਨੂੰ ਬਾਅਦ ਵਿੱਚ ਬੁਲਾਇਆ ਜਾਏਗਾ ਉਹਨਾਂ ਨੇ ਵੀ ਕਿਹੜੇ ਫਾਰਮ ਜਿਹੜੇ ਆਪਣੇ ਤਿਆਰ ਰੱਖਣੇ ਨੇ ਸੌ ਪਸਾਰੀਆਂ ਚੀਜ਼ਾਂ ਤੇ ਚਾਤੀ ਮਾਰਦੇ ਆ ਇਹਦੇ ਵਿੱਚ ਇਹੀ ਲਿਖਿਆ ਹੈ ਕਿ ਪੇਪਰ ਹੋ ਚੁੱਕਿਆ ਔਰ ਉਸ ਦੇ ਸਬੰਧਤ ਤੁਸੀਂ ਜਿਹੜੀ ਚੀਜ਼ ਕਰਨੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਉਹਨਾਂ ਨੇ ਕਿਹਾ ਕਿ ਇੱਕ ਸਾਫ਼ ਸੁਥਰੀ ਪੀਡੀਐਫ ਬਣਾ ਕੇ ਤੁਸੀਂ ਇੱਕ ਰਨਿੰਗ ਪੀਡੀਐਫ ਤਿਆਰ ਕਰਕੇ ਅੰਗਰੇਜ਼ੀ ਵਿਸ਼ੇ ਦੇ ਲਈ ਇਸ ਈਮੇਲ ਆਈਡੀ ਤੇ ਔਰ ਏਸੀ ਈਮੇਲ ਆਈਡੀ ਤੇ ਔਰ ਸਾਇੰਸ ਦੇ ਲਈ ਏਸੀ ਈਮੇਲ ਆਈਡੀ ਦੇ ਉੱਪਰ ਆਪ ਦਾ ਜਿਹੜਾ ਹੈ ਸਬਜੈਕਟ ਕਾਲਮ ਵਿੱਚ ਆਪ ਦਾ ਰਜਿਸਟ੍ਰੇਸ਼ਨ ਨੰਬਰ ਨਾਮ ਵਰਕੇ ਈਮੇਲ ਕਰ ਦੇਣੀ ਹੈ ਤੁਸੀਂ ਠੀਕ ਹੈ ਜੀ ਕਿਹੜੇ ਕਿਹੜੇ ਡਾਕੂਮੈਂਟਸ ਕਰਨੇ ਨੇ 10th ਦਾ ਔਰ ਅ ਅਗਰ ਇਹ ਵਾਲਾ ਤੁਸੀਂ ਰਹਿਣ ਦਿਓ ਕਿਉਂਕਿ ਅਗਰ ਤੁਸੀਂ 10ਵੀਂ ਦੇ ਵਿੱਚ ਪੰਜਾਬੀ ਪਾਸ ਕੀਤੀ ਹੈ ਤਾਂ ਦੂਸਰਾ ਰਹਿ ਜਾਏਗਾ ਤੁਹਾਡਾ ਕਿਉਂਕਿ ਉਸ ਦੇ ਵਿੱਚ ਹੀ ਲਿਖੀ ਹੋਏਗੀ ਬੀਏ ਦੇ ਤਿੰਨੋਂ ਸੈਮੈਸਟਰ ਦੀ ਡੀਐਮਸੀ ਅਤੇ ਡਿਗਰੀ ਬੀਐਡ ਦੀ ਡੀਐਮਸੀ ਅਤੇ ਡਿਗਰੀ ਕੈਟਾਗਰੀ ਨਾਲ ਸੰਬੰਧਿਤ ਸਰਟੀਫਿਕੇਟਾ ਕਰ ਤੁਹਾਡਾ ਹੈ ਤੇ ਪੰਜਾਬ ਰਾਜ ਵਸਨੀਕ ਹੁਣ ਦਾ ਸਬੂਤ ਯਾਨੀ ਕਿ ਪੰਜਾਬ ਰੈਜ਼ਿਡੈਂਸ ਦਾ ਅਗਰ ਤੁਸੀਂ ਕਿਸੇ ਰਿਜ਼ਰਵ ਕੈਟਾਗਰੀ ਚ ਅਪਲਾਈ ਕੀਤਾ ਸੀ ਤਾਂ ਹੀ ਕੱਲਾ ਅਦਰਵਾਈਜ਼ ਜਰਨਲ ਕੈਟਾਗਰੀ ਨੂੰ ਇਹਦੀ ਲੋੜ ਨਹੀਂ ਹੈ ਔਰ ਵੈਸੇ ਵੀ ਜੋ ਰਿਜ਼ਰਵੇਸ਼ਨ ਸੌਰੀ ਜੋ ਸਕਰੂਟੀ ਹੁਣ ਆਈ ਹੈ ਇਹ ਸਿਰਫ ਰਿਜ਼ਰਵ ਕੈਟਾਗਰੀਜ਼ ਲਈ ਆਈ ਹੈ ਇਸ ਕਰਕੇ ਸਾਰਿਆਂ ਨੂੰ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੈ ਕੇ ਵੀ ਜਾਣੀਆਂ ਪੈਣਗੀਆਂ ਔਰ ਇਹਨਾਂ ਸਾਰਿਆਂ ਦੀ ਇੱਕ ਪੀਡੀਐਫ ਬਣਾ ਕੇ ਔਰ ਉਸ ਪੀਡੀਐਫ ਦੇ ਫਰੰਟ ਪੇजेस ਤੇ ਵੀ ਤੁਸੀਂ ਕੁਝ ਚੀਜ਼ਾਂ ਲਗਾਉਣੀਆਂ ਨੇ ਜੋ ਇਹਨਾਂ ਨੇ ਇੱਥੇ ਲਿਖਿਆ ਹੈ ਮੈਂ ਤੁਹਾਨੂੰ ਇੱਥੇ ਸਾਰਾ ਦੱਸਾਂਗਾ ਦੇਖੋ ਆਮਦਨ ਸੰਬੰਧੀ ਸਵੈ ਕੋਸ਼ਨਾ ਪੱਤਰ ਅਗਰ ਤੁਸੀਂ ਬੀਸੀ ਦੇ ਹੋ ਤਾਂ ਤੁਹਾਨੂੰ ਲਗਾਉਣਾ ਪੈਣਾ ਇਹ ਮੈਂ ਸਾਰੀ ਚੀਜ਼ਾਂ ਤੁਹਾਨੂੰ ਦੱਸਦਾ ਹਾਂ ਹਾਂ ਅਗਰ ਤੁਸੀਂ ਕੋਈ ਵੀ ਅਲੱਗ-ਅਲੱਗ ਕੈਟਾਗਰੀ ਚ ਅਲੱਗ-ਅਲੱਗ ਫਾਰਮ ਅਪਲਾਈ ਕੀਤੇ ਸੀ 135 ਬੈਕ ਲੋਗ ਵਾਲੀ ਜਾਂ ਇੰਗਲਿਸ਼ ਦੇ ਵਿੱਚ 899 ਹੈ ਜਾਂ 300 ਸਮਥਿੰਗ ਵਾਲੀ ਹੈ ਤਾਂ ਹਰੇਕ ਦੀ ਫਾਈਲ ਵੀ ਅਲੱਗ-ਅਲੱਗ ਤਿਆਰ ਹੋਏਗੀ ਔਰ ਕੀ ਕੁਝ ਤੁਸੀਂ ਨਾਲ ਲੈ ਕੇ ਪਹੁੰਚਣੇ ਸਕਰੂਟਨੀ ਤੇ ਸਰਟੀਫਿਕੇਟ ਦੀਆਂ ਖੁਦ ਤਸਦੀਕ ਕੀਤੀਆਂ ਫੋਟੋਕਾਪੀਆਂ ਦਾ ਇੱਕ ਸੈੱਟ ਹਰੇਕ ਦੇ نیچے ਆਪ ਦੇ ਸਾਈਨ ਕਰਨੇ ਆ ਪਾਸਪੋਰਟ ਸਾਈਜ਼ ਚਾਰ ਫੋਟੋਆਂ ਜਮਾ ਕਰਵਾਈ ਗਈ ਫੀਸ ਦਾ ਸਬੂਤ ਅੱਗੇ ਤਾਂ ਚਲਾਨ ਹੁੰਦਾ ਸੀ ਜੀ ਇਸ ਵਾਰੀ ਫੀਸ ਆਨਲਾਈਨ ਹੋਈ ਹੈ ਤਾਂ ਤੁਸੀਂ ਸਿਰਫ ਆਪਣਾ ਐਪਲੀਕੇਸ਼ਨ ਫਾਰਮ ਹੀ ਜਿਹੜਾ ਹੈ ਉਹ ਨਾਲ ਲੈ ਕੇ ਜਾਣਾ ਜਿਵੇਂ ਲਿਖਿਆ ਨਾ ਆਨਲਾਈਨ ਅਪਲਾਈ ਕਰਨ ਦਾ ਫਾਰਮ ਇਹੀ ਅਸਲ 'ਚ ਫੀਸ ਦਾ ਸਬੂਤ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਹੈ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕੀਤਾ ਸਕਰੂਟੀਨੀ ਫਾਰਮ ਫਾਈਲ ਕਵਰ ਵਿੱਚ ਟੈਗ ਕਰਕੇ ਸਾਰੇ ਅਸਲ ਸਰਟੀਫਿਕੇਟ ਤੇ ਤਸਦੀਕੀ ਫੋਟੋਕਾਪੀਆਂ ਤਰਤੀਬ ਅਨੁਸਾਰ ਲਗਾਈਆਂ ਜਾਣ। ਉਹ ਕਿਹੜੇ ਫਾਰਮ ਇਹਨਾਂ ਨੇ ਨਾਲ ਤਸਦੀਕ ਕੀਤੇ ਨੇ ਉਹ ਵੀ ਅਸੀਂ ਦੱਸਾਂਗੇ ਹੁਣੇ। ਜਿਹੜੀਆਂ ਵੀ ਕੈਟਾਗਰੀਜ਼ ਇੱਥੇ ਲਿਖੀਆਂ ਨੇ ਉਹ ਸਾਰੀਆਂ ਨਹੀਂ ਉੱਥੇ ਪਹੁੰਚਣਾ ਹੈ ਦਿੱਤੀ ਹੋਈ ਤਰੀਕ ਦੇ ਉੱਤੇ। ਔਰ ਇੱਥੇ ਕਈ ਬੱਚੇ ਕਹਿ ਰਹੇ ਨੇ ਕਿ ਰਿਜ਼ਲਟ ਨਹੀਂ ਆਇਆ ਰਿਜ਼ਲਟ ਤੋਂ ਬਿਨਾ ਕਿਵੇਂ ਸਕਰੂਟੀਨੀ ਹੋ ਜਾਏਗੀ ਤੁਸੀਂ ਦੇਖੋਗੇ ਕਿ ਜਿਹੜੇ ਵੀ ਸਟੂਡੈਂਟਸ ਸਿਰਫ ਪੇਪਰ ਦੇਣ ਪਹੁੰਚੇ ਸੀ ਉਹਨਾਂ ਨੂੰ ਉਹੀ ਬੁਲਾ ਲਿਆ ਗਿਆ ਕਿਉਂਕਿ ਪੋਸਟਾਂ ਜ਼ਿਆਦਾ ਸੀ ਬੱਚੇ ਘੱਟ ਨੇ ਇਸ ਕਰਕੇ ਨੰਬਰਸ ਮਾਇਨੇ ਨਹੀਂ ਰੱਖ ਰਹੇ ਜਿੰਨੇ ਵੀ ਨੰਬਰ ਨੇ ਉਹਨਾਂ ਸਪਲਟਸ ਤੇ ਸਾਰਿਆਂ ਨੂੰ ਹੀ ਸਕਰੂਟੀਨੀ ਤੇ ਬੁਲਾਇਆ ਗਿਆ ਔਰ ਸਾਰਿਆਂ ਨੂੰ ਹੀ ਆਫਰ ਲੈਟਰ ਦੇ ਕੇ ਜੋਬ ਵੀ ਜਿਹੜੀ ਉਹ ਦਿੱਤੀ ਹੀ ਜਾਏਗੀ ਕਿਉਂਕਿ ਕੋਈ ਵੀ ਮਿਨੀਮਮ ਕ੍ਰਾਈਟੇਰੀਆ ਨਹੀਂ ਸੀ ਕਿ ਇੰਨੇ ਨੰਬਰ ਲੈਣ ਵਾਲਾ ਹੀ ਪੇਪਰ ਕੁਆਲੀਫਾਈ ਕਰੇਗਾ ਠੀਕ ਹੈ ਜੀ ਇਸੇ ਤਰੀਕੇ ਨਾਲ ਮੈਥੋਰ ਸਾਇੰਸ ਇਹ ਤੁਸੀਂ ਖੁਦ ਪੜ ਲੈਣਾ ਅਗਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਕੈਟਾਗਰੀ ਵਿੱਚ ਅਪਲਾਈ ਕੀਤਾ ਹੈ ਤਾਂ ਯਾਨੀ ਕਿ ਤੁਹਾਡੀ ਸਕਰੂਟੀਨੀ ਉਸੇ ਡੇਟ ਤੇ ਹੈ ਇਸ ਤੋਂ ਇਲਾਵਾ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ BC ਅਤੇ SCRO BC ਅਤੇ SCRO ਦੀ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਬੈਕਲੋਗ ਚ ਵੀ ਅਗਰ ਕਿਸੇ ਨੇ ਫਾਰਮ ਭਰਿਆ ਹੈ ਤਾਂ ਉਹ ਉਹਨਾਂ ਨੇ ਹਜੇ ਨਹੀਂ ਜਾਣਾ ਮੈਥ ਸਾਇੰਸ ਦੇ ਵਿੱਚ SCRO ਦੀ ਜੋ ਵੀ ਫਾਰਮ ਭਰੇ ਨੇ ਉਹਨਾਂ ਨੇ ਉਹਨਾਂ ਨੇ ਹਜੇ ਨਹੀਂ ਜਾਣਾ ਔਰ 899 ਦਾ ਫਾਰਮ ਜਿਨ੍ਹਾਂ ਨੇ ਵੀ ਭਰਿਆ ਹੈ ਉਹ ਕਿਸੇ ਨੇ ਨਹੀਂ ਹਜੇ ਜਾਣਾ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਹੈ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੱਸਦਾ ਇੱਥੇ ਜਿਹੜੇ ਜਿਹੜੇ ਫਾਰਮ ਤੁਸੀਂ ਨਾਲ ਲੈ ਕੇ ਜਾਣੇ ਨੇ ਠੀਕ ਹੈ ਜੀ ਇਹਨੂੰ ਤੁਸੀਂ ਧਿਆਨ ਨਾਲ ਦੇਖਣਾ ਹੈ ਪਹਿਲਾਂ ਤਾਂ ਤੁਸੀਂ ਆਪਦੀ ਫਾਈਲ ਦੇ ਉੱਤੇ ਇਹ ਸਿਲੈਕਟ ਕਰ ਲੈਣਾ ਵੀ ਤੁਸੀਂ ਕਿਹੜੀ ਕੈਟਾਗਰੀ ਵਿੱਚ ਫਾਰਮ ਭਰੇ ਆ ਠੀਕ ਹੈ ਜੀ ਅ ਉਹ ਮੈਂ ਤੁਹਾਨੂੰ ਦੱਸਦਾ ਕਿ ਅਗਰ ਤੁਸੀਂ ਹੈਂਡੀਕੈਪ ਟੋਰਥੋਂ 90 ਵਾਲੀ ਵੀ ਭਰੀ ਹੈ 135 ਵਾਲੀ ਵੀ ਭਰੀ ਹੈ ਬੈਕਲੋਗ ਚ ਵੀ ਭਰੀ ਹੈ ਤਾਂ ਤੁਸੀਂ ਤਿੰਨ ਫਾਈਲਾਂ ਤਿਆਰ ਕਰਨੀਆਂ ਨੇ ਅਲੱਗ-ਅਲੱਗ ਹਰੇਕ 'ਚ ਤੁਸੀਂ ਇੱਕ ਵਾਰੀ ਹੀ ਟਿਕ ਕਰਨਾ ਹੈ ਇਹ ਨਹੀਂ ਕਿਤੇ ਇੱਕੀ ਫਾਰਮ ਪ੍ਰੋ ਰੋਜ਼ ਦੇ ਵਿੱਚ ਦੋਨੋਂ ਵਾਰੀ ਟਿਕ ਕਰ ਦੋ ਇਦਾਂ ਨਹੀਂ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਦੇਖੋਗੇ ਇਹ ਫਾਰਮ ਤੁਸੀਂ ਭਰਨਾ ਹੈ ਅਸਾਮੀ ਦਾ ਸਾਰਾ ਵਿਭਾਗੀ ਟੈਸਟ ਅੰਕਾਂ ਦੇ ਵੇਰਵਾ ਜੋ ਹੁਣ ਤਾਂ ਤੁਹਾਡੇ ਟੈਸਟ ਦਾ ਇਹ ਅੰਕ ਹੀ ਨਹੀਂ ਆਇਆ ਇਸ ਕਰਕੇ ਇਸ ਨੂੰ ਤੁਸੀਂ ਰਜਿਸਟ੍ਰੇਸ਼ਨ ਨੰਬਰ ਲਿਖ ਕੇ ਹੀ ਛੱਡ ਸਕਦੇ ਹੋ ਹੋਰ ਤੁਹਾਨੂੰ ਲਿਖਣ ਦੀ ਜਿਹੜੀ ਉਹ ਲੋੜ ਨਹੀਂ ਹੈ ਰੋਲ ਨੰਬਰ ਲਿਖ ਦਿਓ ਇਹ ਲਿਖਣ ਦੀ ਲੋੜ ਨਹੀਂ ਹੈ ਫਿਰ ਸਬੰਧੀ ਵੀ ਤੁਸੀਂ ਲਿਖ ਸਕਦੇ ਹੋ ਕਿਹੜੇ ਬੈਂਕ 'ਚ ਭਰੀਜੀ ਸੀ ਸੋ ਬੈਂਕ ਦਾ ਤਾਂ ਹੋਏਗਾ ਨਹੀਂ ਠੀਕ ਇਹਨੂੰ ਤੁਸੀਂ ਖਾਲੀ ਛੱਡ ਲੈਣਾ ਰਾਸ਼ੀ ਲਿਖ ਦੇਣੀ ਹੈ ਫੀਸ ਭਰਨ ਦੀ ਮਿਤੀ ਤੇ ਚਲਾਨ ਨੰਬਰ ट्रांजੈਕਸ਼ਨ ਆਈਡੀ ਲਿਖੀ ਹੋਏਗੀ ਉਹ ਭਰ ਦੇਣੀ ਹੈ ਕੈਟਾਗਰੀ ਤੁਹਾਡੀਆਂ ਨੇ ਇੱਥੇ ਤੁਸੀਂ ਆਪਦੀਆਂ ਭਰ ਸਕਦੇ ਹੋ ਅੰਗੂਠਾ ਤੁਸੀਂ ਲਗਾਉਣਾ ਹਸਤਾਖਰ ਤੁਸੀਂ ਲਗਾ ਦੇਣੇ ਨੇ ਇੱਥੇ ਤੁਸੀਂ ਜੋ ਡਿਟੇਲਸ ਭਰਨੀਆਂ ਨੇ ਉਹ ਨੇ ਜੀ 12ਵੀਂ ਬੀਏ ਬੀਐਡ ਕੋਈ ਤੁਹਾਡੀ ਮਾਸਟਰਸ ਹੈ ਜਾਂ 10ਵੀਂ ਦਾ ਲਿਖ ਸਕਦੇ ਹੋ 10ਵੀਂ 12ਵੀਂ ਬੀਏ ਤੇ ਮਾਸਟਰਸ ਤੁਹਾਡੀ ਹੋਗੀ ਔਰ ਪੰਜਾਬੀ ਦੇ ਲਈ ਤੁਸੀਂ ਸਪੈਸ਼ਲੀ ਦੱਸਣਾ ਹੈ ਕਿ 10ਵੀਂ ਦੇ ਵਿੱਚ ਤੁਸੀਂ ਕੀਤੀ ਸੀ ਉਹ ਇੱਥੇ 10ਵੀਂ ਦੀ ਡਿਟੇਲ ਭਰਨੀ ਹੈ ਅਗਰ ਕੋਈ ਹੋਰ ਕਲਾਸ ਤੁਸੀਂ ਪੰਜਾਬੀ ਕੀਤੀ ਤਾਂ ਉਹ ਇੱਥੇ ਤੁਹਾਡਾ ਅਗਰ ਤੁਸੀਂ ਕੈਟਾਗਰੀ ਤੋਂ ਤਾਂ ਪੰਜਾਬ ਰੈਜ਼ੀਡੈਂਸ ਦਾ ਸਾਡੀ ਵਗੜ ਦੀ ਡਿਟੇਲ ਇੱਥੇ ਉਹਦਾ ਸੀਰੀਅਲ ਨੰਬਰ ਹੈ ਇੱਥੇ ਜਾਰੀ ਕਰਨ ਦੀ ਡੇਟ ਹੈ ਔਰ ਕਿਹਨੇ ਜਾਰੀ ਕੀਤਾ ਤਹਿਸੀਲਦਾਰ ਨੇ ਕਿਸੇ ਨੇ ਓਬਲਾ ਜਾਰੀ ਕਰਨ ਦਾ ਸਥਾਨ ਹੈ ਸਭ ਕੁਝ ਉਹਦੇ ਉੱਪਰ ਲਿਖਿਆ ਹੁੰਦਾ ਹੈ ਤੇ ਇਹ ਤੁਸੀਂ ਨਹੀਂ ਭਰਨੇ ਠੀਕ ਹੈ ਜੀ ਇਸ ਤਰੀਕੇ ਨਾਲ ਸਾਰੀਆਂ ਕੈਟਾਗਰੀਜ਼ ਦਾ ਹੈ ਅਗਰ ਤੁਹਾਡੀ ਕੋਈ ਵੀ ਕੈਟਾਗਰੀ ਚ ਤੁਸੀਂ ਜਾਣਦੇ ਹੋ ਸਾਰੀਆਂ ਚ ਇੱਥੇ ਤੁਸੀਂ ਇਹਨਾਂ ਨੂੰ ਹਾਂ ਜਾਂ ਨਹੀਂ ਦੇ ਵਿੱਚ ਲਿਖਣਾ ਹੈ ਵੀ ਹਾਂ ਜਾਂ ਨਹੀਂ ਜਿਵੇਂ ਅਪਲਾਈ ਕੀਤੀ ਹੈ ਸਾਮੀ ਦਾ ਰਜਿਸਟ੍ਰੇਸ਼ਨ ਫਾਰਮ ਹੈਗਾ 10ਵੀਂ ਪਾਸ ਕਰਨ ਦਾ ਸਰਟੀਫਿਕੇਟ ਹੈ 12ਵੀਂ ਦਾ ਹੈ ਗ੍ਰੈਜੂਏਸ਼ਨ ਦਾ ਹੈ ਗ੍ਰੈਜੂਏਸ਼ਨ ਦੇ ਵਾਧੂ ਵਿਸ਼ੇ ਦਾ ਸਰਟੀਫਿਕੇਟ ਜੇਕਰ ਹੋਵੇ ਇਹਨੂੰ ਨਹੀਂ ਕਰਦੇ ਨੇ ਬੀਆਰ ਦੀ ਡੀਐਮਸੀ ਡਿਗਰੀ ਸਰਟੀਫਿਕੇਟ ਕਿਸੇ ਨੇ ਐਡੀਸ਼ਨਲ ਦਿੱਤੇ ਹੁੰਦੇ ਨਹੀਂ ਇਹ ਉਹਦੇ ਲਈ ਹੈ ਜਿਨ੍ਹਾਂ ਨੇ ਐਡੀਸ਼ਨਲ ਦੇ ਵਿੱਚ ਦਿੱਤੇ ਨੇ ਪੀਐਸਟੈਟ ਪਾਸ ਦਾ ਸਬੂਤ ਇੱਕ ਤੁਸੀਂ ਜ਼ਰੂਰ ਏਵਲੀ ਜਿਹੜਾ 19ਵਾਂ ਹੈ ਨਾ ਇਸ ਨੂੰ ਕਾਫੀ ਬੱਚੇ ਜਿਹੜੇ ਉਹ ਨਹੀਂ ਕਰਦੇ ਇਸ ਨੂੰ ਵੀ ਤੁਸੀਂ ਹਾਂ ਕਰ ਦੇਣਾ ਹੈ ਠੀਕ ਹੈ ਜੀ ਚਾਹੀ ਤੁਸੀਂ ਅਪਲੋਡ ਕੀਤੀ ਚਾਹੀ ਨਹੀਂ ਕੀਤੀ ਕਿਉਂਕਿ ਫਾਈਲ ਤਾਂ ਉੱਥੇ ਜਮ੍ਹਾਂ ਹੋ ਜਾਏਗੀ ਸੋ ਇਸ ਨੂੰ ਤੁਸੀਂ ਨਹੀਂ ਲਿਖੋਗੇ ਤਾਂ ਗਲਤ ਹੋ ਜਾਏਗਾ ਇਸ ਨੂੰ ਤੁਸੀਂ ਹਾਂ ਹੀ ਭਰਨਾ ਹੈ ਕਿ ਹਾਂ ਜੀ ਅਸੀਂ ਅਪਲੋਡ ਕਰਤਾ ਪੀਡੀਐਫ ਤੁਸੀਂ ਬਣਾ ਕੇ ਰੱਖਣੀ ਹੈ ਔਰ ਉਸ ਨੂੰ ਅਪਲੋਡ ਕਰ ਦੇਣਾ ਹੈ ਠੀਕ ਹੈ ਜੀ ਬਸ ਤੁਸੀਂ ਇੱਥੋਂ ਇੱਥੋਂ ਤੱਕ ਹੀ ਆਪਣਾ ਫਾਰਮ ਭਰਨਾ ਹੈ ਇਹ ਜਿਹੜਾ ਹੈ ਬੋਰਡ ਦਾ ਕੰਮ ਹੈ ਇਹ ਉੱਥੇ ਆਪਣੇ ਆਪ ਵਿਭਾਗੀ ਬੰਦੇ ਜਿਹੜੇ ਭਰ ਦੇਣਗੇ ਸੋ ਬੇਸਿਕਲੀ ਇਹ ਵਲੀ ਚੀਜ਼ ਸੀਗੀ ਇੱਕ ਫਰੰਟ ਦਾ ਪਰਫਾਰਮਾ ਮਿਲੇਗਾ ਜੋ ਤੁਸੀਂ ਫਾਈਲ ਦੇ ਅੱਗੇ ਲਗਾਉਣਾ ਹੈ ਠੀਕ ਹੈ ਜੀ ਔਰ ਮੈਂ ਫੇਰ ਇੱਥੇ ਦੱਸ ਦਿਆਂ ਕਿ ਕਿੰਨਾ ਨੇ ਜਾਣਾ ਹੈ ਸਿਰਫ ਜਿਹੜੀਆਂ ਕੈਟਾਗਰੀਜ਼ ਦੇ ਨਾਮ ਇੱਥੇ ਉਹਨਾਂ ਨੇ ਭਰੇ ਨੇ ਉਹਨਾਂ ਨੇ ਇਹੀ ਜਾਣਾ ਹੈ ਠੀਕ ਹੈ ਜੀ ਮਤਲਬ ਇੰਗਲਿਸ਼ ਦੇ ਵਿੱਚ 899 ਦਾ ਫਾਰਮ ਜਿਨ੍ਹਾਂ ਨੇ ਭਰਿਆ ਉਹਨਾਂ ਨੇ ਤਾਂ ਜਾਣਾ ਹੀ ਨਹੀਂ ਔਰ 28296 ਨੂੰ ਉਹਨਾਂ ਨੇ ਜਾਣਾ ਸਿਰਫ ਐਸ ਸੀ ਆਰ ਨੂੰ ਛੱਡ ਕੇ ਮੈਥ ਸਾਇੰਸ ਦੇ ਵਿੱਚ ਬਾਕੀ ਸਾਰਿਆਂ ਨੇ ਇਹੀ ਜਿਹੜਾ ਸਕਰੂਟੀਨੀ ਤੇ ਜਾਣਾ ਹੈ विदाउट रिजल्ट ਵੀ ਤੁਸੀਂ ਜਾਣਾ ਹੈ ਕਿਉਂਕਿ ਰਿਜ਼ਲਟ ਉਹਨਾਂ ਨੇ ਦਿੱਤਾ ਹੀ ਨਹੀਂ ਹੈ ਉਹਨਾਂ ਨੇ ਲਿਖਿਆ ਹੈ ਕਿ ਅਗਰ ਤੁਸੀਂ ਪੇਪਰ ਚ ਪ੍ਰੈਜ਼ੈਂਟ ਹੋਏ ਹੋ ਤਾਂ ਤੁਸੀਂ ਸਕਰੂਟੀ ਕਰਾਉਣ ਜਾਣਾ ਹੀ ਜਾਣਾ ਹੈ ਠੀਕ ਹੈ ਜੀ ਉਮੀਦ ਕਰਦਾ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਵੇਗੀ ਅਗਰ ਨਹੀਂ ਵੀ ਕੁਝ ਸਮਝ ਆਇਆ ਤਾਂ ਤੁਸੀਂ ਜ਼ਰੂਰ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਉੱਥੇ ਤੁਹਾਡੀ ਕੁਐਰੀ ਜਿਹੜੀ ਹੈ ਹੱਲ ਕਰ ਦਿੱਤੀ ਜਾਏਗੀ ਆਪਦੇ ਸਾਰੇ ਡਾਕੂਮੈਂਟਸ ਆਪਦੀ ਸਾਰੀ ਕੁਆਲਿਫਿਕੇਸ਼ਨਸ ਆਪਦੇ ਸਾਰੇ ਤੁਹਾਡੇ ਕਾਸਟ ਦੇ ਹੋਗੇ ਜਾਂ ਤੁਹਾਡੀ ਜੇ ਤੁਸੀਂ ਹੈਂਡੀਕੈਪਟ ਭਰਿਆ ਤਾਂ ਉਸ ਦਾ ਵੀ ਤੁਹਾਡਾ ਸਰਟੀਫਿਕੇਟ ਅਗਰ ਤੁਸੀਂ ਸਪੋਰਟਸ ਦਾ ਭਰਿਆ ਉਹਦਾ ਵੀ ਸਰਟੀਫਿਕੇਟ ਜਿਹੜਾ ਹੈ ਉੱਥੇ ਤੁਸੀਂ ਮੌਕੇ ਤੇ ਪੇਸ਼ ਕਰਨਾ ਹੋਵੇਗਾ ਸੋ ਇਹ ਸੀ ਸਾਰੀ ਜਾਣਕਾਰੀ ਉਮੀਦ ਕਰਦੇ ਹਾਂ ਸਾਰੀ ਜਾਣਕਾਰੀ ਚੰਗੀ ਲੱਗੀ ਹੋਏਗੀ ਜੇ ਜਾਣਕਾਰੀ ਚ ਕੁਝ ਵੀ ਘਾਟ ਲੱਗਦੀ ਹੈ ਸੋ ਜ਼ਰੂਰ ਕਮੈਂਟ ਕਰੋ ਉਹਦੀ ਕੁਐਰੀ ਜਿਹੜੀ ਹੈ ਹੱਲ ਕੀਤੀ ਜਾਏਗੀ ਡਿਸਕ੍ਰਿਪਸ਼ਨ ਚ ਟੈਲੀਗ੍ਰam ਦਾ ਲਿੰਕ ਹੈ ਟੈਲੀਗ੍ਰam ਤੇ ਜਾ ਕੇ ਤੁਸੀਂ ਆਪਦੀ ਕੁਐਰੀ ਲਿਖ ਸਕਦੇ ਹੋ ਉਹਨੂੰ ਵੀ ਤੁਹਾਨੂੰ ਜਲਦੀ ਜਿਹੜੀ ਹੈ ਸੋਲਵ ਕਰ ਦਿੱਤੀ ਜਾਏਗੀ ਧੰਨਵਾਦ ਥੈਂਕ ਯੂ ਵੈਰੀ ਬੱਚ